IBS ਰਿਕਾਰਡਸ ਦਾ ਧਾਰਮਿਕ ਉਪਰਾਲਾ। ਕਬੀਰ ਮਾਇਆ ਤਜੀ ਤੋਂ ਕਿਹਾ ਪਿਆ ਜੋ ਮਾਨ ਤਜਿਆ ਨਾ ਜਾਏ, ਮਾਨ ਮੁਨੀ ਮੁਨੇ ਵਰਗਲੇ, ਮਾਨ ਸੱਭੈ ਕੋ ਖਾਏ। ਕਹਿੰਦੇ ਮਾਇਆ 'ਤੇ ਛੱਡ ਦਿੱਤੀ, ਕਹਿਣ ਨੂੰ ਵੇਖਣ ਨੂੰ ਸੰਸਾਰਕ ਪਦਾਰਥਾਂ ਤੋਂ ਪਾਸੇ ਹੋ ਕੇ ਬੰਦਾ ਬਹਿ ਗਿਆ। ਭਰਮ ਇਹ ਪਾ ਲਿਆ ਵੀ ਮੈਂ ਘਰ ਛੱਡ ਦਿੱਤਾ, ਮੈਂ ਪਰਿਵਾਰ ਛੱਡ ਦਿੱਤਾ, ਮੈਂ ਜੰਗਲਾਂ 'ਚ ਬਹਿ ਗਿਆ, ਪਹਾੜਾਂ 'ਤੇ ਚੜ੍ਹ ਗਿਆ ਅਤੇ ਮੈਂ ਮਾਇਆ ਛੱਡ ਦਿੱਤੀ। ਕਬੀਰ ਸਾਹਿਬ ਕਹਿੰਦੇ ਇਸ ਭਰਮ ਵਿੱਚ ਨਾ ਜਿਉਂ ਪਾਈ। ਕਬੀਰ ਮਾਇਆ ਤਜੀ ਤੋਂ ਕਿਹਾ ਪਿਆ ਜੋ ਮਾਨ ਤਜਿਆ ਨਾ ਜਾਏ। ਇਹ ਸਾਰਾ ਕੁਝ ਤਜ ਦੇਣ ਦਾ ਜਿਹੜਾ ਮਾਣ ਹੈ, ਕਹਿੰਦੇ ਜਿੰਨਾ ਚਿਰ ਮਾਣ ਨਹੀਂ ਨਾ ਛੱਡਦਾ ਉਨਾ ਚਿਰ ਪਲਾ ਨਹੀਂ ਹੋਣਾ। ਬੜੇ ਬੜੇ ਕਹਿੰਦੇ ਕਹਾਉਂਦੇ ਮਾਨ ਮੁਨੀ ਮੁਨਵਰ ਗਲੇ, ਇਸ ਮਾਨ ਨੇ ਗਾਲ ਦਿੱਤੇ, ਮਾਨ ਸੱਭੈ ਕੋ ਖਾਏ। ਇੱਕ ਗੁਣ ਹੈ ਨਾ, ਇੱਕ ਗੁਣ ਹੈ ਮਨੁੱਖ ਦੇ ਜੀਵਨ 'ਚ, ਉਸ ਇੱਕੋ ਗੁਣ ਦਾ ਹੀ ਮਾਣ ਕਰ ਲਏ ਬੰਦਾ, ਉਹੀ ਮਨੁੱਖ ਨੂੰ ਅਕਾਲ ਵਿੱਚ ਅਭੇਦ ਨਹੀਂ ਹੋਣ ਦਿੱਤਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਨਾ, ਮਾਝ ਕੀ ਵਾਰ ਦਾ ਸ਼ਲੋਕ ਹੈ ਪਾਤਸ਼ਾਹ ਜੀ ਦਾ, ਬੜੀ ਕਮਾਲ ਦੀ ਗੱਲ ਕਹੀ। ਕਹਿੰਦੇ ਗੰਨੇ ਨੂੰ ਨਾ, ਗੰਨੇ ਨੂੰ ਆਮ ਆਪਾਂ ਵੇਖਦੇ ਹਾਂ, ਗੰਨੇ ਮਾਣ ਹੋ ਗਿਆ ਕਿ ਮੇਰੇ 'ਚ ਮਿਠਾਸ ਬਹੁਤ ਹੈ, ਮੇਰੇ ਵਿੱਚ ਰਸ ਬਹੁਤ ਹੈ। ਹੁਣ ਉਸ ਮਾਣ ਨੇ, ਮਿੱਠੇ ਦੇ ਅਭਿਮਾਨ ਨੇ ਕੀਤਾ ਕੀ? ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਵੇਖ ਜੇ ਮਿੱਠਾ ਕੱਟਿਆ। ਕਹਿੰਦੇ ਆਪਣੇ ਆਪ ਨੂੰ ਬੜਾ ਮਿੱਠਾ ਕਹਿੰਦਾ ਸੀ ਵੀ ਬਹੁਤ ਮਿਠਾਸ ਹੈ ਮੇਰੇ 'ਚ। ਕਹਿੰਦੇ ਹੋਇਆ ਕਿ ਲਿਆ ਕੇ ਘੁਆੜਾ ਮਾਰਿਆ ਪੈਰਾਂ 'ਚ, ਆਪਾਂ ਜਦੋਂ ਵੱਢਦੇ ਹਾਂ ਗੰਨੇ ਜੜ੍ਹਾਂ ਤੋਂ ਕੱਟਦੇ ਹਾਂ, ਕਹਿੰਦੇ ਗਿੱਟਿਆਂ 'ਚ ਵੱਜਿਆ ਤੇਰੇ ਆਣ ਕੇ ਘੁਆੜਾ, ਵੇਖ ਜੇ ਮਿੱਠਾ ਕੱਟਿਆ, ਕੱਟ ਕੁੱਟ ਬੱਧਾ ਪਾਏ। ਪਰ ਕਹਿੰਦੇ ਕੱਟ ਕੇ ਕੁੱਟ ਕੇ ਭਾਵ ਛਿੱਲ ਕੇ, ਗੰਨੇ ਨੂੰ ਕੱਟਣ ਤੋਂ ਬਾਅਦ ਛਿੱਲ ਲੈਂਦੇ ਆਪਾਂ ਉਹਨੂੰ, ਕਹਿੰਦੇ ਛਿੱਲਿਆ ਗਿਆ ਗੰਨੇ ਨੂੰ, ਫਿਰ ਕਹਿੰਦੇ ਪੂਲੇ ਵੱਜ ਗਏ, ਕੱਟ ਕੁੱਟ ਬੱਧਾ ਪਾਏ, ਫਿਰ ਖੁੰਡਾਂ ਅੰਦਰ ਰੱਖ ਕੇ ਵੇਲਣੇ ਦੀਆਂ ਜਿਹੜੀਆਂ ਲੱਠਾਂ ਜਿਨ੍ਹਾਂ ਦੇ ਵਿੱਚੋਂ ਦੀ ਗੰਨਾ ਲੰਘਾਇਆ ਜਾਂਦਾ, ਕਹਿੰਦੇ ਉਹਦੇ ਵਿੱਚੋਂ ਦੀ ਜਦੋਂ ਲੰਘਾਇਆ ਗਿਆ ਨਾ, ਕਿੱਦਾਂ ਪੀੜਿਆ ਗਿਆ, ਵਿਚਾਲਿਓਂ ਪਾਟ ਗਿਆ ਸਾਰੇ ਦਾ ਸਾਰਾ। ਖੁੰਡਾਂ ਅੰਦਰ ਰੱਖ ਕੇ ਦੇਣ ਸੁਮਲ ਸਜਾਏ, ਕਹਿੰਦੇ ਭੁਗਤ ਰਿਹਾ ਨਾ ਸਜ਼ਾ। ਹੁਣ ਇੱਕ ਪਾਸੇ ਰਸ ਨਿਕਲ ਗਿਆ, ਜਿਹੜੇ ਮਿੱਠੇ ਦਾ ਮਾਣ ਸੀ ਵੀ ਮੈਂ ਮਿੱਠਾ ਬਹੁਤ ਹਾਂ, ਜਿਹੜੇ ਰਸ ਦਾ ਮਾਣ ਸੀ ਕਹਿੰਦੇ ਉਹ ਤਾਂ ਇੱਕ ਪਾਸੇ ਚੁੱਗ ਗਿਆ, ਅੱਧਾ ਕੁ ਉੱਧਰ ਚੱਲਿਆ ਗਿਆ, ਅੱਧਾ ਕੁ ਦੂਜੇ ਪਾਸੇ ਰਹਿ ਗਿਆ, ਰਸ ਇੱਕ ਪਾਸੇ ਰਹਿ ਗਿਆ ਅਤੇ ਜਿਹੜਾ ਫੋਗ ਸੀ ਜਿਹਨੂੰ ਆਪਾਂ ਚੂਰਾ ਕਹਿ ਦਿੰਦੇ ਹਾਂ ਉਹ ਦੂਜੇ ਪਾਸੇ ਨੂੰ ਨਿਕਲ ਗਿਆ। ਕਹਿੰਦੇ ਹੁਣ ਰਸ ਨੂੰ ਕੱਢਿਆ ਗਿਆ ਅਤੇ ਲਿਆ ਕੇ ਅਤੇ ਕੜਾਹੇ 'ਚ ਪਾ ਦਿੱਤਾ, ਰਸ ਕਸ ਟੱਟਰ ਪਾਈ ਹੈ, ਟੱਟਰ ਕਹਿੰਦੇ ਕੜਾਹੇ ਦੇ ਵਿੱਚ ਪਾ ਦਿੱਤਾ, ਚੁੰਬੇ ਦੇ ਉੱਤੇ ਕੜਾਹਾ ਰੱਖਿਆ ਅਤੇ ਵਿੱਚ ਲਿਆ ਕੇ ਰੋਹ ਪਾ ਦਿੱਤੀ, ਰਸ ਪਾ ਦਿੱਤਾ, ਰਸ ਕਸ ਟੱਟਰ ਪਾਈ ਹੈ। ਕਹਿੰਦੇ ਹੁਣ ਥੱਲੇ ਅੱਗ ਬਲ ਗਈ ਚੁੰਬੇ ਦੇ ਵਿੱਚ, ਜਿਹੜਾ ਵਿੱਚ ਮਿੱਠਾ ਸੀ ਤਪੈ ਤੇ ਵਿਲ ਲਾਏ, ਕਹਿੰਦੇ ਹੁਣ ਬਿਲਕਦਾ, ਹੁਣ ਤਪਦਾ। ਪਾਤਸ਼ਾਹ ਜੀ ਕਹਿਣ ਲੱਗੇ ਜਿਹੜਾ ਫੋਗ ਸੀ ਨਾ, ਜਿਹੜਾ ਚੂਰਾ ਸੀ, ਕਹਿੰਦੇ ਉਹਨੂੰ ਵੀ ਕਿਸਾਨ ਨੇ, ਜ਼ਿਮੀਂਦਾਰ ਨੇ ਕੀ ਕੀਤਾ, ਇਕੱਠਾ ਕੀਤਾ, ਇਕੱਠਾ ਕਰਕੇ ਲਿਆ ਕੇ ਚੁੰਬੇ ਦੇ ਜਿੱਥੇ ਜਿੱਥੋਂ ਦੀ ਅੱਗ ਡਾਹ ਰਿਹਾ ਸੀ ਉਹਦੇ ਵਿੱਚੇ ਫੋ, ਕਹਿੰਦਾ ਸੁੱਕ ਗਿਆ, ਸੁਕਾ ਲਿਆ ਉਸਨੂੰ, ਕਹਿੰਦੇ ਕੰਮ ਆਏਗਾ ਹੁਣ। ਕਹਿੰਦੇ ਉਹ ਵੀ ਵਿੱਚੇ ਚੁੰਬੇ ਦੇ ਨਾਲ ਅੱਗ ਲਾ ਕੇ ਸਾੜਨ ਦੇ ਕੰਮ ਵਾਸਤੇ ਵਰਤ ਲਿਆ। ਰੋਹ ਰਸ ਮਿੱਠਾ ਉਹ ਤਾਂ ਪਹਿਲਾਂ ਹੀ ਵਿੱਚ ਤਪ ਰਿਹਾ ਸੀ, ਅਤੇ ਜਿਹੜਾ ਚੂਰਾ ਸੀ, ਫੋਗ ਸੀ, ਖੋਰੀ ਸੀ, ਕਹਿੰਦੇ ਉਹਨੂੰ ਵੀ ਸੁਕਾ ਕੇ ਅਤੇ ਕਿਸਾਨ ਨੇ ਅੱਗ ਵਾਸਤੇ ਵਰਤ ਲਿਆ। ਭੀ ਸੋ ਫੋਗ ਸੰਭਾਲੀ ਹੈ, ਉਸ ਫੋਗ ਨੂੰ ਸੰਭਾਲ ਲਿਆ ਗਿਆ,
ਦਿੱਚੇ ਅੱਗ ਜਲਾਏ, ਅੱਗ ਵਿੱਚ ਸਾੜ ਦਿੱਤਾ ਗਿਆ। ਹੁਣ ਥੱਲੇ ਖੋਰੀ ਸੜਦੀ ਹੈ, ਥੱਲੇ ਚੂਰਾ ਸੜਦਾ, ਥੱਲੇ ਫੋਗ ਸੜਦਾ, ਉੱਤੇ ਕੜਾਹੇ ਦੇ ਵਿੱਚ ਮਿੱਠਾ ਤੜਪਦਾ, ਰੋਹ ਤੜਪਦੀ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਨਾਨਕ ਮਿੱਠੇ ਪਤਰੀ ਹੈ, ਵੇਖੋ ਲੋਕਾਂ ਆਏ, ਇਹ ਦੁਨੀਆਂ ਦੇ ਲੋਕੋ ਆਣ ਕੇ ਵੇਖੋ, ਮਿੱਠੇ ਦਾ ਮਾਣ ਕਰਨ ਵਾਲੇ ਗੰਨੇ ਦਾ ਹਾਲ ਕੀ ਹੋਇਆ। ਸਤਿਗੁਰੂ ਨੇ ਬਾਣੀ 'ਚ ਕਿਹਾ, ਭਾਈ ਇਹ ਤਾਂ ਮਾਣ ਆ ਗਿਆ ਨਾ, ਕਿ ਮੈਂ ਮਾਇਆ ਛੱਡ ਦਿੱਤੀ ਜੀ, ਮੈਂ ਆਹ ਛੱਡਤਾ ਜੀ, ਮੇਰਾ ਤਿਆਗ ਬਹੁਤ ਹੈ ਜੀ, ਮੇਰੀ ਅਵਸਥਾ ਬੜੀ ਉੱਚੀ ਹੋ ਗਈ। ਠੀਕ ਹੈ ਭਾਈ, ਮਹਾਰਾਜ ਕਹਿੰਦੇ ਸਭ ਪ੍ਰਵਾਨ ਹੈ, ਪਰ ਜਿੰਨਾ ਚਿਰ ਇਹ ਸਾਰਾ ਕੁਝ ਤਿਆਗਣ ਦਾ ਮਾਨ ਨਹੀਂ ਤਿਆਗਦਾ ਨਾ, ਆਪਣੀ ਹਉਮੈ ਨੂੰ ਜਿੰਨਾ ਚਿਰ ਇੱਕ ਪਾਸੇ ਨਹੀਂ ਕਰਦਾ, ਉਨਾ ਚਿਰ ਭਲਾ ਨਹੀਂ ਹੋ ਸਕਦਾ।